ਤੋਹਫਾ ਹੁੰਦਾ ਵਾ ਨਿਕਾਇਆ ਜਾ ਸਰਦੀਆਂ ਦਾ ਜਿਹੜਾ ਕਿ ਸਾਰਿਆਂ ਨੂੰ ਰਲ ਮਿਲ ਕੇ ਹੀ ਖਾਣਾ ਚਾਹੀਦਾ ਵਾ ਇਹ ਖਾਣ ਤੋਂ ਬਾਅਦ ਤੁਹਾਡੇ ਜਿਹੜੇ ਬਜ਼ੁਰਗ ਆ ਨਾ ਬੁੱਢੇ ਵੀ ਨੱਚਣ ਲੱਗ ਪੈਣਗੇ ਛੋਟੀ ਛੱਡ ਕੇ ਤੇ ਵੇਖੋ ਤਾਂ ਸਹੀ ਕਿ ਦਿਨ ਫਾਸਤਨਾ ਕਰ ਰਿਹਾ ਵਾ ਉੱਤੋਂ ਤੋਂ ਜਿਹੜਾ ਮੈਲਾ ਮੈਲਾ ਸਾਡੀ ਪੰਜੀਰੀ ਚ ਨਾ ਆ ਕਿਰਲੀ ਡੇਗ ਪਈਆ ਆ ਵੇਖੋ ਤਾਂ ਸਹੀ ਅਸਲਾਮੁਅਲਿਕਮ ਮੇਰੇ ਕਦੀਆਂ ਸਾਰੇ ਕਰ ਕਰੀਏਤ ਨਾਲ ਹੋਣਗੇ ਵੱਲ ਹੋਣਗੇ ਤੇ ਅੱਜ ਆਪਾਂ ਬਣਾਵਾਂਗੇ ਦਾਲ ਦੀ ਪੰਜੀਰੀ ਦੀ ਰੈਸিপি ਤੇ ਜਿਹੜਾ ਖਾਣ ਤੋਂ ਬਾਅਦ ਸਾਡੇ ਬਜ਼ੁਰਗ ਵੀ ਇਨਸ਼ਾਅੱਲਾ ਬੁੱਢਿਆਂ ਤੋਂ ਜਵਾਨ ਹੋ ਜਾਣਗੇ ਤੇ ਵਗਿਆ ਟਾਈਮ ਵੇਸ ਕਿਤੇ ਰਸਤੇ ਵਲ ਚਲਦੇ ਆ। ਇਹਦੇ ਚ ਅਪਾ ਤਿੰਨ ਦਾਲਾ ਯੂਜ਼ ਕਰਾਂਗੇ ਚਨਿਆਂ ਦੀ ਦਾਲ, ਮੂੰਗੀ ਦੀ ਦਾਲ ਤੇ ਮਾਸ਼ ਦੀ ਦਾਲ। ਚਨਿਆਂ ਦੀ ਦਾਲ ਜਿਹੜੀ ਆ ਉਹ ਅੱਧਾ ਕਿਲੋ ਲਈ ਆ ਤੇ ਮੂੰਗੀ ਤੇ ਮਾਸ਼ ਦੀ ਇੱਕ ਇੱਕ ਪਾਓ ਲੈਣੀ ਆ। ਤੇ ਅੱਛੀ ਤਰ੍ਹਾਂ ਸਾਫ਼ ਕਰ ਲੈਣਾ ਇਹ ਨਾ ਹੋਏ ਸੁੰਡੇ ਤੇ ਸੁਸੀਆਂ ਤੁਹਾਡੇ ਵਿੱਚ ਹੀ ਮਿਕਸ ਹੋ ਜਾਣ। ਚੰਗੀ ਤਰ੍ਹਾਂ ਰੋੜ ਛੋਟ ਕੱਢ ਕੇ, ਤੀਲੇ ਛਿਲੇ ਦੇ ਕੱਢ ਕੇ ਤੇ ਉਸ ਤੋਂ ਬਾਅਦ ਸਾਫ਼ ਕਰਕੇ ਇਹਨੂੰ ਬਲੈਂਡ ਕਰ ਲੈਣਾ। ਚੱਕੀ ਤੇ ਬਲੈਂਡ ਕਰਨ ਭਾਈ ਗਏ ਸੀਗੇ ਤੇ ਉਹ ਕਹਿੰਦੇ ਸਾਡੀ ਤਾਂ ਮਿਰਚਾਂ ਵਾਲੀ ਹੈ ਚੱਕੀ ਤੇ ਭਾਈ ਕਹ ਰਿਹਾ ਸੀ ਤੋ ਅੱਛਾ ਤੁਸੀਂ ਘਰ ਹੀ ਬਲੈਂਡਰ 'ਚ ਹੀ ਕਰ ਲਓ ਇਹਨੂੰ ਦਾਦੜ ਜੀ ਕਰ ਲੈਣਾ ਵਾ ਏ ਨਾ ਹੋਏ ਤੁਸੀਂ ਬੋਤਾ ਹੀ ਪਾਊਡਰ ਜਿਆ ਕਰ ਲਓ ਜਿੱਦਾਂ ਦਾ ਮੂੰਹ ਤੇ ਪਾਊਡਰ ਲਾਏ ਦਾ ਫਿਰ ਬਾਅਦ 'ਚ ਕਹੋ ਪਿਆਰੀ ਅਸਮਾ ਨੇ ਕਹਾ ਤਾਂ ਬਲੈਂਡਰ ਕਰ ਲੈਣਾ ਹੈ ਮੈਂ ਦਾਦੜ ਕਿਹਾ ਯਾਦ ਰੱਖਣਾ ਦਾਦੜਾ ਜਿਆ ਕਰਨਾ ਵਾ ਇਦਾਂ ਦਾ ਸਾਰੀਆਂ ਦਾਲਾਂ ਨਾਲੋਂ ਨਾਲ ਸਾਫ਼ ਕਰਦੇ ਜਾਣਾ ਤੇ ਨਾਲੋਂ ਨਾਲ ਇਹਨੂੰ ਬਲੈਂਡਰ 'ਚ ਬਲੈਂਡ ਕਰਦੇ ਜਾਣਾ ਵਾ ਅਗਰ ਤੁਹਾਡੇ ਘਰ ਬਲੈਂਡਰ ਨਹੀਂ ਹੈ ਤੇ ਤੁਸੀਂ ਚੱਕੀ 'ਚੋਂ ਵੀ ਕਰਵਾ ਸਕਦੇ ਹੋ ਲੇਕਿਨ ਮੇਕ ਸ਼ੋਰ ਉਹਨਾਂ ਦੀ ਚੱਕੀ ਮਿਰਚਾਂ ਵਾਲੀ ਨਾ ਹੋਵੇ ਆਟੇ ਵਾਲੀ ਜਿਹੜੀ ਚੱਕੀ ਹੁੰਦੀ ਹੈ ਨਾ ਉਥੋਂ ਤਾਂ ਉਥੋਂ ਤੁਸੀਂ ਕਰਵਾ ਸਕਦੇ ਹੋ ਉਹਨਾਂ ਕੋਲ ਜਿਹੜੀ ਛੋਟੀ ਚੱਕੀ ਹੁੰਦੀ ਹੈ ਨਾ ਇੱਕ ਵੱਡੀ ਚੱਕੀ ਹੁੰਦੀ ਹੈ ਇੱਕ ਛੋਟੀ ਹੁੰਦੀ ਹੈ ਜਿਹੜੀ ਛੋਟੀ ਚੱਕੀ ਆ ਉਹ 'ਚੋਂ ਤੁਸੀਂ ਕਰਵਾਣਾ ਵਾ ਸਾਡਾ ਤਾਂ ਚੱਕੀ ਤਾਂ ਹੋਇਆ ਨਹੀਂ ਸੀਗਾ ਸਾਡੇ ਨੇੜੇ ਇੱਕ ਹੀ ਚੱਕੀ ਸੀ ਉਹ ਵੀ ਮਿਰਚਾਂ ਵਾਲੀ ਸੀ ਐਸਲੇ ਐਸੇ ਘਰ ਦਾ ਬਲੈਂਡਰ ਹੀ ਯੂਜ਼ ਕੀਤਾ ਵਾ ਪਿਆਰੀਓ ਪੈਣਾ ਆਪਣੀਆਂ ਦਾਲਾਂ ਜਿਹੜੀਆਂ ਵਾ ਉਹ 1 ਕਿਲੋ ਵਾ ਤੇ ਚੀਨੀ ਇਹ ਚ ਪਾਵਾਂਗੇ ਪੌਨੇ 2 ਮੱਗੇ ਇੱਕ ਫੁੱਲ ਮੱਗਾ ਤੇ ਇੱਕ ਪੌਣਾ ਜਿਹਾ ਮੱਗਾ ਫੁੱਲ ਤੋਂ ਥੋੜਾ ਜਿਹਾ ਘੱਟ ਹੁੰਦਾ ਉਹਨੂੰ ਪੌਣਾ ਕਹਿੰਦਾ ਵਾ ਕੁਝ ਪੈਣਾ ਨੂੰ ਨਹੀਂ ਨਾ ਪਤਾ ਚੱਲਦਾ ਪੌਣਾ ਤੇ 1/4 ਕਿਨੂੰ ਕਹਿੰਦਾ ਵਾ ਉਹ ਪੈਣਾ ਐਸ ਪੌਨੇ ਨੂੰ ਨਾ ਰੋਟੀ ਲਬੇਟਣ ਵਾਲਾ ਪੌਣਾ ਸਮਝ ਲਿੰਦੀ ਆ ਵਾ ਤੇ ਦੱਸਣਾ ਜ਼ਰੂਰੀ ਹੁੰਦਾ ਵਾ ਤਾਂ ਕਿ ਤੁਹਾਨੂੰ ਸਹੀ ਸਮਝ ਆ ਜਾਏ ਤੇ ਚੀਨੀ ਨੂੰ ਆਪਾਂ ਬਲੈਂਡ ਕਰ ਲਾਂਗੇ ਪੀਸ ਲਾਂਗੇ ਪਹਿਲਾਂ ਸਾਰੀਆਂ ਚੀਜ਼ਾਂ ਨਾ ਆਪਾਂ ਤਿਆਰ ਕਰ ਲਾਂਗੇ ਬਣਾਉਣ 'ਚ ਤਾਂ ਝੱਟ ਹੀ ਲੱਗਦਾ ਵਾ ਖੋਨ ਵਾਰੀ ਆਈ ਆ ਨਾਰੀਅਲ ਦੀ ਇਹ ਵੀ ਇੱਕ ਪਾਓ ਲੈਣਾ ਵਾ ਆ ਖੋਪੇ ਲੈ ਕੇ ਇਹਨੂੰ ਕ੍ਰਸ਼ ਕਰ ਲੈਣਾ ਵਾ ਤੇ ਮੈਂ ਆਪਦੀਆਂ ਬਾਵਾ ਤੜਵਾਣੀਆਂ ਸੀ ਖੁਦ ਕਰਕੇ ਮੈਂ ਆਪਦੇ ਭਰਾ ਨੂੰ ਲਾਇਆ ਬੰਦੇ ਜ਼ਰਾ ਕਰ ਲਿੰਦੇ ਨਾ ਔਰਤਾਂ ਦੀ ਤਾਂ ਬਾਵਾ ਰਹਿ ਜਾਂਦੀਆਂ ਵਾ ਤੇ ਵੇਖੋ ਤਾਂ ਸਹੀ ਕਿ ਕਿੰਡੀ ਨਫਾਸਤ ਨਾਲ ਕਰ ਰਿਹਾ ਉੱਤੋਂ ਤੋਂ ਜਿਹੜਾ ਮੈਲਾ ਮੈਲਾ ਸੀ ਉਹਨੂੰ ਲਾਣ ਦਿਆ ਵਾ ਇਹਦੇ ਚ ਤਾਂ ਔਰਤਾਂ ਵਾਲੇ ਗੁੰਨਵਾ ਮਾਸ਼ਾਅੱਲਾ ਤੇ ਹੁਣ ਇਹਨੂੰ ਕ੍ਰਸ਼ ਕਰ ਰਿਹਾ ਵੈਸੇ ਬਹੁਤ ਸਖਤ ਹੁੰਦਾ ਨਾ ਨਾਰੀਅਲ ਤੇ ਆਪਣਾ ਔਰਤਾਂ ਕੋਈ ਨਹੀਂ ਜਲਦੀ ਨਹੀਂ ਹੁੰਦਾ ਤੇ ਬੰਦੇ ਕਾਦੇ ਵਾਸਤੇ ਆਪਾਂ ਰਾਮਾ ਨੂੰ ਤੇ ਆਪਦੇ ਬੰਦਿਆਂ ਬੁੰਦਿਆਂ ਨੂੰ ਲਾਇਆ ਕਰੋ ਮੇਰਾ ਭਰਾ ਮਾਸ਼ਾਅੱਲਾ ਕਰ ਦਿੰਦਾ ਵਾ ਹੈਲਪ ਤੇ ਐਸ ਵਾਸਤੇ ਮੈਂ ਆਪਦੇ ਭਰਾ ਨੂੰ ਫੜਾਤੇ ਕਿ ਕਦੂ ਕਸ਼ ਕਰਦੇ ਮੇਰੀ ਤਾਂ ਬਾਂਦੂਖਾਂ ਲੱਗ ਪੈਗੀ ਫਿਰ ਉਹਨੇ ਮਾਸ਼ਾਅੱਲਾ ਕਰਤਾ ਸਿਗਾ ਤੇ ਆ ਬਾਕੀ ਚੀਜ਼ਾਂ ਵੀ ਤੁਸੀਂ ਆਪਦੇ ਹਿਸਾਬ ਨਾਲ ਲੈਣੀਆਂ ਆ ਅਲੀਸ਼ਾ ਵਾ ਤੇ ਰਸਲ ਭਾਬੀ ਆਇਆ ਨੇ ਭਾਬੀ ਨੇ ਤੇ ਮੈਂ ਮਿਲ ਕੇ ਪੰਜੀਰੀ ਬਣਾਨੀ ਆ ਆ ਭਾਬੀ ਦੀ ਬੇਟੀ ਆ ਤੇ ਐਸੇ ਐਸਾ ਦਾਲਾ ਕੇ ਜਾ ਰਹੀ ਸੀ ਇੱਕ ਇੱਕ ਚੁੱਕ ਕੇ ਇਤਮ ਲਿਸ਼ਾ ਕੋ ਪੁੱਛ ਰਹੀ ਸੀ ਲਿਸ਼ਾ ਬੇਟਾ ਦੱਸੋ ਇਹ ਕੌਣ ਕੌਣ ਸੀ ਚੀਜ਼ਾਂ ਹੈ ਤਾਂ ਦੱਸ ਰਹੀ ਸੀ ਕਾਜੂ ਬਦਾਮ ਪਿਸਤਾ ਬਦਾਮ ਤੇ ਹੱਥ ਰੱਖ ਕੇ ਨਾਲ ਬਦਾਮ ਵੀ ਚੁੱਕ ਲਿਆ ਇਹਦਾ ਕੁਆਂਟੀਟੀ ਦਾ ਕੋਈ ਹਿਸਾਬ ਨਹੀਂ ਤੁਸੀਂ ਜ਼ਿਆਦਾ ਵੀ ਪਾ ਸਕਦੇ ਹੋ ਘੱਟ ਵੀ ਪਾ ਸਕਦੇ ਹੋ ਬਦਾਮ ਵਿੱਚ 1 ਪਾਓ ਲਿਆ ਵਾ ਕਾਜੂ ਤੇ ਪਿਸਤਾ ਅੱਧਾ ਅੱਧਾ ਪਾਓ ਲਿਆ ਵਾ ਥੋੜੇ ਜਿਹਾ ਅਖਰੋਟ ਵੀ ਪਾਵਾਂਗੇ ਤੇ ਆਹ ਡਰਾਈ ਫਰੂਟ ਹੀ ਚਾਰ ਯੂਜ਼ ਕਰਾਂਗੇ ਇਹ ਤੋਂ ਇਲਾਵਾ ਨਾਰੀਅਲ ਪਾਇਆ ਵਾ ਤੇ ਇਹ ਡਰਾਈ ਫਰੂਟ ਬਲੈਂਡ ਕਰ ਲਾਂਗੇ ਅੱਛੇ ਤਰ੍ਹਾਂ ਤੇ ਹੁਣ ਆਨੇ ਆ ਇਹਦੀ ਅਫਾਦੀਤ ਵੱਲ ਮੇਨ ਮੁੱਦੇ ਦੀ ਤਰਫ ਇਹ ਖਾਨ ਤੋਂ ਬਾਅਦ ਤੁਹਾਡੇ ਜਿਹੜੇ ਬਜ਼ੁਰਗ ਆ ਨਾ ਬੁੱਢੇ ਵੀ ਨੱਚਣ ਲੱਗ ਪੈਣਗੇ ਛੋਟੀ ਛੱਡ ਕੇ ਤੁਹਾਨੂੰ ਕੀ ਲੱਗਦਾ ਮੈਂ ਮਜ਼ਾਕ ਕਰ ਰਹੀ ਆ ਮੈਂ ਆਪਦੇ ਅੱਬੂ ਜੀ ਲਈ ਬਣਾ ਰਹੀ ਆ ਇਹ ਬਹੁਤ એનਰਜੈਟਿਕ ਆ ਤਾਕਤ ਵਾਲੀ ਚੀਜ਼ ਆ ਤੁਹਾਨੂੰ ਤਾਂ ਹਰ ਸਰਦੀਆਂ ਆਪਦੇ ਬਜ਼ੁਰਗਾਂ ਨੂੰ ਬਣਾ ਕੇ ਦੇਣੀ ਚਾਹੀਦੀ ਆ ਕਿਉਂ ਨਹੀਂ ਬਣਾਉਂਦੇ ਹੋ ਹੁਣ ਮੈਂ ਤੁਹਾਨੂੰ ਸੁਖਾਤੀ ਆ ਨਾ ਪਹਿਲਾਂ ਸੱਚ ਤੁਹਾਨੂੰ ਆਂਦੀ ਨਹੀਂ ਸੀ ਹੁਣ ਮੈਂ ਤੁਹਾਨੂੰ ਸੁਖਾਤੀ ਆ ਨਾ ਤੁਸੀਂ ਹਰ ਸਰਦੀਆਂ ਆਪਦੇ ਬਜ਼ੁਰਗਾਂ ਨੂੰ ਬਣਾ ਕੇ ਦੇਣੀ ਆ ਉਹ ਵੇਖਿਓ ਕਿੱਡੇ એનਰਜੈਟਿਕ ਰਹਿਣਗੇ ਫੁੱਲ એનર્ਜੀ ਚ ਤੁਹਾਡੇ ਨਾਲ ਵੇਖਿਓ ਲੜਾਈਆਂ ਕਰਦੇ ਤੁਹਾਨੂੰ ਫਿਰ ਪਤਾ ਚਲੇਗਾ ਕਿ ਸਾਡੇ ਬਾਬੇ ਜਿਹੜੇ ਆ ਉਹ ਸਹੀ ਹੋ ਗਏ ਨੇ ਤੇ ਇੱਥੇ ਸਾਰਾ ਸਮਾਨ ਤਿਆਰ ਕਰ ਲਿਆ ਕੀਨੀ ਵੀ ਪੀਸ ਲਈ ਆ ਨਾਰੀਅਲ ਵੀ ਕੱਦੂ ਕਾਸ਼ ਕਰ ਲਿਆ ਔਰ ਡਰਾਈ ਫਰੂਟ ਵੀ ਕਰ ਲਏ ਨੇ ਬਲੈਂਡ ਤੇ ਦਾਲਾਂ ਵੀ ਕਰ ਲੀਆਂ ਦਾਲਾਂ 1 ਕਿਲੋ ਬਾਤ ਕਿਉਂ ਅੰਦਾਜ਼ੇ ਨਾਲ ਹੀ ਦੇਸੀ ਘਿਓ ਪਾਇਆ ਵਾ 1 ਕਿਲੋ ਦਾਲ ਅਗਰ ਹੋਏ ਨਾ ਤੇ 1 ਕਿਲੋ ਹੀ ਦੇਸੀ ਘਿਓ ਪਿੰਦਾ ਵਾ ਤੇ ਲੇਕਿਨ ਆਪਾਂ ਅੰਦਾਜ਼ੇ ਨਾਲ ਹੀ ਪਾਦੇ ਜਾਵਾਂਗੇ ਅਗਰ ਘੱਟ ਹੋਇਆ ਤੇ ਹੋਰ ਪਾ ਲਾਂਗੇ ਅਸੀਂ ਬਹੁਤਾ ਥੋੜੀ ਪਾਣਾ ਵਾ ਤੇ ਇਹਨੂੰ ਚੰਗੀ ਤਰ੍ਹਾਂ ਨਾਲ ਦੇਸੀ ਘਿਓ ਚ ਮਿਕਸ ਕਰ ਲੈਣਾ ਇੱਥੇ ਮੇਰੇ ਵੱਡੇ ਭਾਬੀ ਲੱਗੇ ਹੋਏ ਨੇ ਮੈਂ ਦੱਸਿਆ ਨਾ ਮੈਂ ਤੇ ਵੱਡੇ ਭਾਬੀ ਬਣਾ ਰਹੇ ਨੇ ਮਾਸ਼ਾਅੱਲਾ ਇਹ ਰੈਸিপি ਉਹਨਾਂ ਦੀ ਆ ਉਹਨਾਂ ਦੇ ਅੱਬੂ ਬਣਾਉਂਦੇ ਨੇ ਤੇ ਏਡੀ ਜ਼ ਆਪਣੇ ਅੱਬੂ ਜੀ ਨੂੰ ਬਣਾ ਕੇ ਦਵਾਂਗੀ ਏਡੀ ਵਧੀਆ ਰੈਸਪੀ ਆ ਭਾਬੀ ਦੀ ਛੋਟੀ ਬੇਟੀ ਆ ਮਾਸ਼ਾਅੱਲਾ ਮਿਨਹਾ ਅਲੀਸ਼ਾ ਤੇ ਮਿਨਹਾ ਇਹਨਾਂ ਦੇ ਦੋ ਹੀ ਬੇਟੀਆਂ ਵਾ ਤੇ ਭਾਬੀ ਦੀ ਮਾਸ਼ਾਅੱਲਾ ਰੈਸਪੀਆਂ ਬਹੁਤ ਹੀ ਕਮਾਲ ਹੁੰਦੀਆਂ ਬਹੁਤ ਹੀ ਜ਼ਬਰਦਸਤੀਆਂ ਹੁੰਦੀਆਂ ਇਹਨਾਂ ਦੀ ਪਜੀਰੀ ਤਾਂ ਮਾਊਥ ਵਾਟਰਿੰਗ ਆ ਤੇ ਇਹਨੂੰ ਚੰਗੀ ਤਰ੍ਹਾਂ ਭੁੰਨਦੇ ਜਾਣਾ ਭੁੰਨਦੇ ਜਾਣਾ ਵਾਰੀ-ਵਾਰੀ ਮੈਂ ਤੇ ਭਾਬੀ ਨੇ ਭੁੰਨੀ ਸੀਗੀ ਸੋਨੀਓ ਪੈਨੋ ਦਾਲ ਜਿੰਨੀ ਭੁੰਨਣੀ ਪਿੰਦੀ ਨਾ ਸੱਚੀ ਬਾਵਾ ਰਹਿ ਜਾਂਦੀਆਂ ਵਾ ਇੰਨੀਆਂ ਦੁਖਦੀਆਂ ਵਾ ਤੇ ਵਾਰੀ ਵਾਰੀ ਭੁੰਨ ਲਈਏ ਤੁਹਾਡੀਆਂ ਵੀ ਤਾਂ ਪੈਣਾ ਹੋਣੀਆਂ ਤੁਸੀਂ ਰਲ ਮਿਲ ਕੇ ਹੀ ਬਣਾਈਓ ਨਹੀਂ ਤਾਂ ਇੱਕ ਜਣੀ ਲੱਗੀ ਰਹੇ ਤੇ ਉਹਦੀਆਂ ਤਾਂ ਬਾਵਾ ਲੈ ਜਾਣ ਤੇ ਚੰਗੀ ਤਰ੍ਹਾਂ ਭੁੰਨਾ ਵਾ ਨਾਲੋ ਨਾਲ ਚੈੱਕ ਕਰਦੇ ਜਾਣਾ ਵਾ ਕਿ ਦਾਲ ਪੱਕੀ ਆ ਨਹੀਂ ਚੰਗੀ ਤਰ੍ਹਾਂ ਕੋਚ ਫਰਾਈ ਹੋਈ ਆ ਨਹੀਂ ਥੋੜੀ ਜੀ ਦਾਲ ਲੈ ਕੇ ਜਦੋਂ ਜੇ ਅਗਰ ਸਾਡੀ ਦਾੜ ਨਾਲ ਚਿਮੜ ਜਾਗੀ ਨਾ ਦਾਲ ਤੇ ਇਹਦਾ ਮਤਲਬ ਹਜੇ ਵੀ ਕੱਚਾ ਪਾਣਾ ਜਦੋਂ ਕੜਾ ਚੱਕੜਾ ਚੱਕੜਨ ਲੱਗ ਪਏ ਨਾ ਸਮਝੋ ਸਾਡੀ ਦਾਲ ਪੱਕ ਗਈ ਆ ਫਰਾਈ ਹੋ ਗਈ ਆ ਤੇ ਫਿਰ ਚੁੱਲਾ ਬੰਦ ਕਰਕੇ ਚੀਨੀ ਤੇ ਬਾਕੀ ਡਰਾਈ ਫਰੂਟ ਐਡ ਕਰਕੇ ਨਾਲੋ ਨਾਲ ਇਦਾਂ ਮਿਕਸ ਕਰਦੇ ਜਾਣਾ ਇਸ ਤਰੀਕੇ ਨਾਲ ਤੁਸੀਂ ਮਿਕਸ ਕਰਨਾ ਤਾਂ ਕਿ ਕੋਈ ਗੁਟਲੀ ਨਾ ਰਹਿ ਜਾਏ ਚੀਨੀ ਬੰਨੀ ਹੋਈ ਕਿਤੇ ਰਹਿ ਨਾ ਜਾਏ ਇਦਾਂ ਚੰਗੀ ਤਰ੍ਹਾਂ ਆਪਸ ਵਿੱਚ ਮਿਕਸ ਇਹਨੂੰ ਕਰਨਾ ਵਾ ਰਲਾ ਮਲਾ ਦੇਣਾ ਵਾ ਇਹ ਸਿਰਫ ਦੇਖਣ ਚ ਸੋਹਣੀ ਨਹੀਂ ਲੱਗੇਗੀ ਖਾਣ ਚ ਵੀ ਬਹੁਤ ਵਧੀਆ ਤੇ ਡੇਲੀਸ਼ੀਅਸ ਲੱਗੇਗੀ ਵੈਸੇ ਘਰ ਪਜਰੀਆਂ ਪਜੂਰੀਆਂ ਬਣਾਏ ਨਾ ਦਿਲ ਨਹੀਂ ਕਰਦਾ ਹੁੰਦਾ ਖਾਣ ਨੂੰ ਇੱਕ ਵਾਰੀ ਆਹ ਧਾਲ ਟਰਾਈ ਕਰਿਓ ਤੁਸੀਂ ਅਗਲੀ ਵਾਰੀ ਨਾ ਬਣਾਓ ਨਾ ਮੈਨੂੰ ਦਵਾਵਾ ਦਿਓ ਤੇ ਤੁਹਾਡਾ ਨਾਮ ਉਹ ਨਹੀਂ ਜਿਹੜਾ ਤੁਹਾਡਾ ਨਾਮ ਆ ਚੁੱਲਾ ਤਾਂ ਆਪਾਂ ਬੰਦ ਕਰਤਾ ਸੀਗਾ ਲੇਕਿਨ ਆ ਪਤੀਲਾ ਬਹੁਤ ਹੀਟ ਅਪ ਹੋਇਆ ਹੋਇਆ ਵਾ ਇਹ ਨਾਲੋਂ ਨਾਲ ਥਲੋ ਛੜਦਾ ਜਾਏਗਾ ਤੇ ਇਹਨੂੰ ਜਲਦੀ ਜਲਦੀ ਨਾ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ ਕਿਸੇ ਠੰਡੇ ਭਾਂਡੇ ਚ ਨਾ ਟਰਾਂਸਫਰ ਕਰ ਦੇਣਾ ਵਾ ਬਿਊਟੀਫੁੱਲ ਪੈਨੋ ਅੱਜ ਤੱਕ ਮੈਨੂੰ ਲਾਈਕ ਕਰਨ ਦਾ ਯਾਦ ਹੀ ਨਹੀਂ ਰਿਹਾ ਲਾਈਕ ਮੈਨੂੰ ਉਮੀਦ ਆ ਕਿ ਤੁਸੀਂ ਕਰ ਦਿੱਤਾ ਹੋਣਾ ਵਾ ਅੱਛਾ ਇਹਨੂੰ ਦੂਸਰੇ ਠੰਡੇ ਪਾਂਡੇ 'ਚ ਸ਼ਿਫਟ ਕਰ ਦੇਣਾ ਵਾ ਉਸ ਤੋਂ ਬਾਅਦ ਆ ਸਾਡੇ ਕੋਲ ਇੱਕ ਵੱਡੀ ਟ੍ਰੇ ਵਾ ਇਹਦੇ 'ਚ ਨਾ ਮੈਂ ਵਰਕਾ ਜਿਹਾ ਲਾਇਆ ਵਾ ਇਹਨੂੰ ਬਟਰ ਪੇਪਰ ਕਿੱਦੇ ਜਿਹੜਾ ਕੇਕ ਥੱਲੇ ਆਪਾਂ ਨੇ ਲਾਨੇ ਉਹੀ ਆ ਬਟਰ ਪੇਪਰ ਲਾਇਆ ਵਾ ਕਿਉਂਕਿ ਇਹਦੇ 'ਚ ਫਲਾ ਦਾਂਗੇ ਨਾ ਇਹਨੂੰ ਨਾ ਟਿੱਕੀਆਂ ਦੀ ਸ਼ਕਲ 'ਚ ਇਹਨੂੰ ਕੱਟ ਲਾਂ ਕਿਉਂਕਿ ਜਦੋਂ ਠੰਡਾ ਹੋ ਗਏ ਨਾ ਇਹਨੇ ਜੰਮ ਜਾਣਾ ਵਾ ਤਾਂ ਫਿਰ ਇਹਨੂੰ ਨਾ ਪੁੱਟਣਾ ਬਹੁਤ ਹੀ ਔਖਾ ਲੱਗਦਾ ਅਗਰ ਤੇ ਥੋੜਾ ਜਿਹਾ ਜਦੋਂ ਠੰਡਾ ਹੋਏਗਾ ਟੈਂਪਰੇਚਰ ਆਪਾਂ ਨਾ ਛੁਰੀ ਨਾਲ ਇਹਨਾਂ ਨਾ ਟਿੱਕੀਆਂ ਦੀ ਸ਼ਕਲ ਚ ਕੱਟ ਦਾਂਗੇ ਤੇ ਜਦੋਂ ਥੋੜੀ ਜਿਹੀ ਜੰਮ ਜਾਣ ਗਿਆ ਫਿਰ ਆਪਾਂ ਇਹਨੂੰ ਨਾ ਕੱਟ ਕੇ ਕੱਢ ਲਾਂਗੇ ਇਹਦਾ ਇਹ ਫਾਇਦਾ ਵਾਹ ਕਿ ਥੋੜੀ ਜਿਹੀ ਬੰਦਾ ਇੱਕ ਟਿੱਕੀ ਚੁੱਕੇ ਜਿੰਨੀ ਖਾਣੀ ਹੋਏ ਖਾ ਲੇ ਇੱਥੇ ਹੁਣ ਆਪਾਂ ਨਾ ਛੁਰੀ ਦੀ ਮਦਦ ਚ ਨਾ ਇਹਨੂੰ ਸ਼ੇਪ ਦੇ ਦਾਂਗੇ ਟਿੱਕੀਆਂ ਦੀ ਸ਼ੇਪ ਜਾਂ ਬਰਫੀ ਦੀ ਸ਼ੇਪ ਕਹਿ ਲਓ ਬਰਫੀ ਵਾਂਗੂ ਕੱਟ ਲਾਂਗੇ ਫਲਾਨ ਤੋਂ ਬਾਅਦ ਗਰਮ-ਗਰਮ ਇਹਨੂੰ ਸ਼ੇਪ ਦੇ ਦੇਣੀ ਆ ਕਿਉਂਕਿ ਇਹ ਠੰਡੀ ਹੋ ਕੇ ਜੰਮ ਜਾਏਗੀ ਫਿਰ ਤੁਹਾਡੀ ਛੁਰੀ ਨਾਲ ਸ਼ੇ ਵਾਂ ਜਾਈਗੀ ਤੇ ਕੱਟਦਿਆਂ ਹੋਇਆ ਇੱਥੇ ਮੈਨੂੰ ਲੱਗਾ ਕਿ ਸਾਡੀ ਪਜੀਰੀ ਚ ਨਾ ਆ ਕਿਰਲੀ ਡੇਗ ਪਈ ਆ ਵੇਖੋ ਤਾਂ ਸਹੀ ਸ਼ਕਲ ਬਿਲਕੁਲ ਐ ਲੱਗੇ ਜਿਵੇਂ ਕਿਰਲੀ ਦੀ ਆ ਲੇਕਿਨ ਬਾਅਦ ਚ ਪਤਾ ਚੱਲਿਆ ਭਾਈ ਨੇ ਗਿਰੀ ਕਦੂਕਸ਼ ਕੀਤੀ ਸੀ ਨਾ ਇਹ ਗਿਰੀ ਸੀਗੀ ਤੇ ਮੈਂ ਚੈੱਕ ਕੀਤਾ ਬਕਾਇਦਾ ਦਾ ਮਾਇਨਾ ਕੀਤਾ ਤੇ ਫਿਰ ਸਾਬਤ ਹੋਇਆ ਕਿ ਥਿਸ ਇਜ਼ ਅ ਗਿਰੀ ਤੇ ਕੋਕੋਨਟ ਕੁਛੇ ਦਾ ਵੱਡਾ ਪੀਸ ਵਿੱਚ ਹੀ ਰਹਿ ਗਿਆ ਜਦੋਂ ਆਰੇਲ ਜਦੋਂ ਕਦੂਕਸ਼ ਕੀਤਾ ਤੇ ਐਸ ਟ੍ਰੇ ਨੂੰ ਨਾ ਮੈਂ ਓਵਰਨਾਈਟ ਰੱਖਦਾ ਸੀ ਤੇ ਅਗਲੇ ਦਿਨ ਮੈਂ ਪੁੱਟਣ ਲੱਗੀ ਤੇ ਪੁਟੀਜੇ ਹੀ ਨਾ ਆ ਚੁੱਲੇ ਤੇ ਟ੍ਰੇ ਤਾਨੂੰ ਪਈ ਨਜ਼ਰ ਆ ਰਹੀ ਹੁੰਨੀ ਐ ਤੇ ਚੁੱਲੇ ਦਾ ਮਾੜਾ ਜੈ ਨੂੰ ਸੇਕਾ ਦਵਾਇਆ ਤੇ ਬੜੀ ਜਲਦੀ ਥਲੋ ਨਾ ਨਰਮ ਹੋ ਗਿਆ ਤੇ ਆ RAM ਨਾ ਟਿੱਕੀਆਂ ਨੂੰ ਪੁਟੀਜਾਂ ਲਾ ਪਈਆਂ ਫਿਰ ਆ ਟਿੱਕੀਆਂ ਚੁੱਕ ਕੇ ਮੈਂ ਬਾਕਸ ਚ ਪਾ ਲਈਆਂ ਅੱਬੂ ਜੀ ਲਈ ਤੇ ਕੁਛ ਸਿਸਟਰ ਹੀ ਰੱਖ ਲਈਆਂ ਕੁਛ ਭਾਬੀ ਨੂੰ ਥੋੜੀ ਜਿਹੀ ਪਜੀਰੀ ਦਿੱਤੀ ਕੁਛ ਅਜ਼ਕਾ ਭਾਬੀ ਨੂੰ ਦਿੱਤੀ ਤੇ ਕੁਛ ਮੈਂ ਆਪ ਦੇ ਲਈ ਥੋੜੀ ਜਿਹੀ ਰੱਖੀ ਜਦੋਂ ਸਰਦੀਆਂ ਦੀ ਘਰ ਸਗਾਤ ਬਣੇ ਨਾ ਸਾਰਿਆਂ ਨੂੰ ਪੋਰਾ ਪੋਰਾ ਦੇਣੀ ਚਾਹੀਦੀ ਆ ਇਹ ਇੱਕ ਤੋਹਫਾ ਹੁੰਦਾ ਵਾ ਨਿਕਾਜ ਸਰਦੀਆਂ ਦਾ ਜਿਹੜਾ ਕਿ ਸਾਰਿਆਂ ਨੂੰ ਰਲ ਮਿਲ ਕੇ ਹੀ ਖਾਣਾ ਚਾਹੀਦਾ ਵਾ ਤੇ ਮੇਰੇ ਸੋਨੇ ਖੂਬਸੂਰਤ ਪੈਨਾ ਪੜਾਵੋ ਇਹ ਹੀ ਸੀ ਅੱਜ ਦਾ ਵੀਲੌਗ ਬਲਕਿ ਅੱਜ ਦੀ ਰੈਸਪੀ ਪਜੀਰੀ ਦੀ ਰੈਸਪੀ ਜਿਹੜੇ ਬੁੱਢਿਆਂ ਨੂੰ ਜਵਾਨ ਕਰ ਦੇਵੇ ਤੇ ਜਵਾਨਾਂ ਨੂੰ ਬੁੱਢਾ ਕਰ ਦੇਵੇ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਵੇਗੀ ਪਸੰਦ ਆਇਆ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਅੱਲਾ ਹਾਫਿਜ਼